ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਦਾ ਜਾ ਰਿਹਾ, ਜਿਸ ਦੇ ਤਹਿਤ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਨਾਭਾ ਹਲਕੇ ਦੇ ਦਰਜਨਾਂ ਨੌਜਵਾਨ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਤੇ ਇਸ ਦੌਰਾਨ ਗਿੰਦਰ ਸਿੰਘ ਗਿੰਦੀ ਨੇ ਆਖਿਆ ਕਿ ਕਾਂਗਰਸ ਤਾਂ ਅਮੀਰਾਂ ਦੀ ਪਾਰਟੀ ਅਤੇ ਸਾਡਾ ਕਾਂਗਰਸ ਪਾਰਟੀ ਵਿੱਚ ਦਮ ਘੁੱਟਦਾ, ਇਸ ਲਈ ਉਹ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਦੂਜੇ ਪਾਸੇ ਸੁਖਬੀਰ ਬਾਦਲ ਨੇ ਜਲ੍ਹਿਆਂਵਾਲੇ ਸਾਕੇ ਤੇ ਬੋਲਦਿਆਂ ਆਖਿਆ ਕਿ ਬ੍ਰਿਟੇਨ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਸ ਵਕਤ ਹਜ਼ਾਰਾਂ ਬੇਕਸੂਰਾਂ ਦਾ ਕਤਲ ਹੋਇਆ ਸੀ। ਨਾਲ ਉਹਨਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਗਏ ਬਿਆਨ ਕਿ ਜੇਕਰ ਬੀਜੇਪੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਸਾਡੇ ਰਿਸ਼ਤੇ ਸੁਧਰਨਗੇ ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਆਖਿਆ ਕਿ ਇਮਰਾਨ ਖਾਨ ਡਰਦਾ ਹੈ ਕਿ ਮੋਦੀ ਤਕੜਾ ਪ੍ਰਧਾਨ ਮੰਤਰੀ ਹੈ। ਸਰਕਾਰ ਨੇ ਹੈ ਜੀ ਕਾਂਗਰਸ ਪਾਰਟੀ 'ਚ ਦਮ ਘੁੱਟਣ ਲੱਗ ਗਿਆ ਜੀ, ਕੋਈ ਸੁਣਵਾਈ ਨਹੀਂ, ਕੋਈ ਵਰਕਰ ਦੀ ਨਹੀਂ, ਜਿਹੜੇ ਕਿ ਅਸੀਂ 60 ਸਾਲ ਤੋਂ ਇਸ ਕਾਂਗਰਸ ਤੋਂ ਕਰੋ, ਅੱਜ ਸਾਡਾ ਮਨ ਰੋ ਰਿਹਾ ਅਸੀਂ ਪਾਰਟੀ ਛੱਡ ਕੇ, ਲੇਕਿਨ ਕਿਉਂ ਛੱਡ ਗਏ ਕਿ ਉੱਥੇ ਕੋਈ ਸੁਣਵਾਈ ਨਹੀਂ ਸੀ, ਸਿਰਫ ਬੜੇ ਬੰਦਿਆਂ ਹੀ ਸੁਣਵਾਈ ਹੁੰਦੀ ਸੀ ਅਤੇ ਜਦੋਂ ਵੀ ਅਸੀਂ ਕੋਈ ਫੋਨ ਕਰਨਾ ਤਾਂ ਫੋਨ 'ਤੇ ਉਹਨਾਂ ਨੇ ਜਵਾਬ ਦੇਣਾ ਸਾਨੂੰ, ਅਜੇ ਟਾਈਮ ਨਹੀਂ, ਬੜੇ ਬੰਦੇ ਨੇ, ਬੜੀਆਂ ਗੱਲਾਂ ਨੇ ਸਾਡੇ, ਅਸੀਂ ਛੋਟੇ ਗਰੀਬ ਬੰਦੇ ਹਾਂ, ਸਾਡੀ ਵੋਟ ਵੱਧ ਹੁੰਦੀ ਹੈ, ਸਾਡੀ ਕੋਈ ਪਹਿਚਾਣ ਨਹੀਂ, ਕੋਈ ਸਾਡਾ ਉਹਨਾਂ ਨੇ ਵੋਟ ਬੈਂਕ ਦਾ ਸਾਡਾ ਕੋਈ ਉਹਨਾਂ ਨੇ ਕਦੇ ਵੀ ਸਾਨੂੰ ਕੋਈ ਚੰਗਾ ਨਹੀਂ ਸਮਝਿਆ, ਜਦੋਂ ਵੀ ਕੋਈ ਕੰਮ ਹੋਇਆ ਉਹਨਾਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਅਤੇ ਸਿਰਫ ਮੀਟਿੰਗਾਂ ਵਾਸਤੇ ਅਤੇ ਪਹਿਰੇ ਦੇਣ ਵਾਸਤੇ ਬੁਲਾਇਆ, ਸਾਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ, ਸਾਡੇ ਕਹਿਣ 'ਤੇ ਕੋਈ ਪੈਨਸ਼ਨ ਨਹੀਂ ਲੱਗੀ, ਸਾਡੇ ਕਹਿਣ 'ਤੇ ਕੋਈ ਰਾਸ਼ਨ ਕਾਰਡ ਨਹੀਂ ਬਣਿਆ, ਇੰਨੇ ਲੋਕ ਦੁਖੀ 10-10 ਸਾਲਾਂ ਤੋਂ ਵਿਧਵਾ ਬੈਠੀਆਂ ਨੇ ਜਿਨ੍ਹਾਂ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ। ਜਦੋਂ ਮੈਂ ਲੋਕਾਂ ਕੋਲ ਵੋਟ ਮੰਗਣ ਜਾਂਦਾ ਸੀ ਲੋਕ ਮੈਨੂੰ ਇਹ ਕਹਿੰਦੇ ਸੀ ਕਹਿੰਦੇ ਤੁਸੀਂ ਆਏ ਹੋ ਤੁਹਾਡੇ ਮੂੰਹ ਨੂੰ ਅਸੀਂ ਵੋਟ ਪਾਵਾਂਗੇ, ਪਰ ਅੱਜ ਜਦ ਸਾਨੂੰ ਇਸ ਗੱਲ ਦਾ ਸ਼ਿਕਵਾ ਹੁੰਦਾ ਜਦੋਂ ਕਿ ਕਾਂਗਰਸ ਦੇ 2 ਸਾਲ ਤੋਂ ਉੱਪਰ ਸਮਾਂ ਹੋ ਗਿਆ, ਇੱਕ ਵੀ ਕੰਮ ਨਹੀਂ ਸਾਡੇ ਕਹਿਣ 'ਤੇ ਕੀਤਾ। ਫਿਰ ਵੀ ਉਹਦਾ ਕੋਈ ਸਵਾਲ ਨਹੀਂ।